ਚਾਲ ਆ ਗਿਆ ਤੇ ਆਪਾਂ ਇੱਕ ਨਵੇਂ ਵਲੌਗ ਦੇ ਨਾਲ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦੇ ਵਲੌਗ ਨੂੰ ਇੱਦਾਂ ਹੀ ਸਪੋਰਟ ਕਰਦੇ ਰਹੋ ਤੇ ਵਲੌਗ ਨੂੰ ਤਾਂ ਜ਼ਰੂਰ ਦੇਖਿਓ ਤੇ ਅੱਜ ਆਪਾਂ ਆਏ ਹਾਂ ਪੀਤੀ ਕੋਲ ਪੀਤੀ ਓਕੇ ਰਿਪੋਰਟਾਂ ਜਮਾ ਜਮਾ ਇਹ ਅਜੇ ਲੇਟ ਹੋ ਗਿਆ ਥੋੜ੍ਹਾ ਟੂਲ ਚਲਾ ਰਿਹਾ ਹੈਗਾ ਪੈ ਗਈ ਹੈ ਜੀ ਵਾਰਮ ਅਪ ਹੋ ਰਿਹਾ ਹੁਣ ਸਟਾਰਟ ਕਰਤਾ ਸੀਗਾ ਉੱਧਰ ਬਾਈ ਸਾਹਿਬ ਆਪਣੇ ਚੱਕੇ ਦੇ ਕਸਤੇ ਆ ਜੀ ਓਕੇ ਰਿਪੋਰਟ ਹੋ ਗਏ ਚੱਕੇ ਇਹਦਾ ਕਲੱਚ ਖੋਲਦਾ ਹੁਣ ਇਹਦਾ ਰੇਟ ਵੀ ਤਾਂ ਆਇਆ ਪਿਆ ਨਵਾਂ ਰੇਟ ਵੀ ਨਵਾਂ ਲਾਉਣਾ ਰੇਟ ਇਹਦਾ ਵੀ ਆਪਾਂ ਉੱਥੇ ਮੰਗਵਾਇਆ ਹੈਗਾ ਮਨਦੀਪ ਬਾਈ ਤੋਂ ਗੋਬਿੰਦ ਸਕਸਟਰੀ ਸਟੋਰ ਤੋਂ ਬਾਹਰ ਕਰਨ ਲੱਗ ਬਸ ਹੁਣ ਇਹਦਾ ਕਲੱਚ ਖੋਲਣਾ ਹੈਗਾ ਕਾਬਲੇ ਸਾਰੇ ਖੋਲਤੇ ਇਹਦੇ ਕਲੱਚ ਸੈਲਫ ਖੁੱਲ ਗਈ ਇੱਦਾਂ ਸਾਰੀਆਂ ਪਾਈਪਾਂ ਉੱਪਰ ਖੁੱਲੀਆਂ ਇਹਦੀ ਖੋਲ ਖਲਾਈ ਬਾਹਲੀ ਹੁੰਦੀ ਹੈ ਮਤਲਬ ਸਾਰੀਆਂ ਪਾਈਪਾਂ ਖੋਲਣੇ ਪੈਂਦੇ ਫਿਲਟਰਾਂ ਦੇ ਦੋਨੇ ਗਰਮ ਵਾਲੀ ਗੇਜ ਪ੍ਰੈਸ਼ਰ ਵਾਲੀ ਗੇਜ ਡੀਲ ਪਾਈਪਾਂ ਹੋ ਗਈਆਂ ਗਰਮ ਵਾਲੀ ਗੇਜ ਚੋਕ ਵਾਲੀ ਰੇਸ ਵਾਲੀ ਬਸ ਸਾਰਾ ਕੁਛ ਖੋਲਣਾ ਪੈਂਦਾ ਹੈ ਹਾਂਜੀ ਐਮ ਐਸ ਸੀ ਜ਼ਿਆਦਾ ਅੱਗੇ ਤਾਂ ਸੈਂਸਰ ਤਾਂ ਆ ਗਿਆ ਸੀ ਸਾਰਾ ਇਹਦੇ 850 ਖੁੱਲ੍ਹਿਆ ਹੋਇਆ 18 ਮਾਡਲ ਇਹ ਚੱਕੇ ਦੀ ਸੀਟ ਪਾਉਣੀ ਆ ਚੱਕਾ ਖੁੱਲ੍ਹਿਆ ਹੋਇਆ ਇੱਧਰ ਓਰੀਓ ਚੱਲ ਰਿਹਾ ਨਵਾਂ ਨਵਾਂ ਟਰੈਕਟਰ ਆ 960 ਕੋਲ ਲੱਗ ਗਈ ਸੀ ਅੰਦਰ ਕੋਲ ਮੱਛੀ ਦਾ ਕਲੱਚ ਕਸ ਕੇ ਟੱਪ ਗਿਆ ਆ ਗਿਆ ਬਹਿ ਗਿਆ ਓਕੇ 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 ਓਕੇ
ਲੱਗੀ ਹੋਈ ਹੈ। मैं ले मोटा जा